ਰਾਸ਼ਟਰੀ ਅਨੁਸੂਚਿਤ ਜਾਤੀ ਯੋਗ ਦੀ ਟੀਮ ਚੰਗਾਲੀ ਵਾਲਾ ਚ ਜਗਦੇਵ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਪੁੱਜੀ, ਜਿੱਥੇ ਯੋਗ ਦੇ ਚੇਅਰਮੈਨ ਨੇ ਦੱਸਿਆ ਕਿ ਰਾਸ਼ਟਰੀ ਯੋਗ ਵੱਲੋਂ ਮਾਮਲੇ ਦੀ ਮੁੱਢ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਮਾਮਲੇ ਦੀ ਕਾਰਵਾਈ ਚ ਲੋਕਲ ਪ੍ਰਸ਼ਾਸਨ ਤੇ ਡਾਕਟਰ ਵੱਲੋਂ ਹੋਈ ਲਾਪਰਵਾਹੀ ਦਾ ਪਤਾ ਲਗਾਇਆ ਜਾ ਸਕੇ। ਮੁਝੇ ਧਮਕਾਇਆ ਜਾ ਰਹਾ ਹੈ, ਆਜ ਵੀ ਮੇਰੇ ਸਾਥ ਕੋਈ ਔਰ ਘਟਨਾ ਨਾ ਘਟ ਜਾਏ, ਤੋ ਇਸ ਲਈ ਮੈਨੇ ਪੁਲਿਸ ਕਪਤਾਨ ਕੋ ਬੋਲਾ ਹੈ ਕਿ ਇਸ ਪਰ ਗੰਭੀਰਤਾ ਸੇ ਐਕਸ਼ਨ ਲੇ ਔਰ ਜੋ ਆਜ ਵੀ ਇਸ ਤਰ੍ਹਾਂ ਕੇ ਲੋਕ ਹੈ ਤੋ ਉਨਕੇ ਖਿਲਾਫ ਐਕਸ਼ਨ ਕਰੇ। ਯਹਾਂ ਕਾ ਜੋ ਪੁਲਿਸ ਇੰਸਪੈਕਟਰ ਜਾਂ ਜੋ ਆਈ ਓ ਹੈ, ਉਹ ਕਿਉਂ ਇਹ ਘਟਨਾ ਘਟਿਤ ਹੋਈ ਉਸਕੀ ਵੀ ਰਿਪੋਰਟ ਪੂਰੀ ਕਮਿਸ਼ਨ ਕੋ ਪ੍ਰਸਤੁਤ ਕਰੇ। 15 ਦਿਨ ਕੇ ਬਾਅਦ 15 ਦਿਨ ਮੇਂ ਹਮ ਪੰਜਾਬ ਪ੍ਰਦੇਸ਼ ਕੇ ਜੋ ਵੀ ਗ੍ਰਹਿ ਸਚਿਵ ਹੈ, DGP ਹੈ ਔਰ ਹੈਲਥ ਸੇ ਜੋ ਡਿਪਾਰਟਮੈਂਟ ਸੇ ਭੂਲ ਹੋਈ ਹੈ, ਜੋ ਗਲਤੀ ਹੋਈ ਹੈ ਹੋਸਪਿਟਲ ਮੇਂ, ਜੋ ਉਸਕੋ ਠੀਕ ਸੇ ਇਲਾਜ ਨਹੀਂ ਦਿਆ ਗਿਆ, ਤੋ ਉਸਕੇ ਪ੍ਰਿੰਸੀਪਲ ਸੈਕਰੇਟਰੀ ਹੈਲਥ, ਹੋਮ ਔਰ ਸੋਸ਼ਲ, ਇਹ ਤੀਨੋ ਸੈਕਰੇਟਰੀ ਔਰ DGP, ਇਨਕੀ 15 ਦਿਨ ਮੇਂ ਹਮ ਕਮਿਸ਼ਨ ਦਿੱਲੀ ਮੇਂ ਮੀਟਿੰਗ ਬੁਲਾਏਗਾ ਔਰ ਜੋ ਦੋਸ਼ੀ ਹੈ ਉਨਕੇ ਖਿਲਾਫ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਭਾਜਪਾ ਦੀ 3 ਸੰਸਦ ਮੈਂਬਰੀ ਜਾਂਚ ਕਮੇਟੀ ਵੀ ਬਣਾਈ ਗਈ, ਜਿਸ ਵੱਲੋਂ ਇਸ ਮਾਮਲੇ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਹ ਹੈ ਔਰ ਸਭ ਸੇ ਪਹਿਲੀ ਬਾਤ ਹਮਨੇ ਜੋ ਪੀੜਿਤ ਵਿਅਕਤੀ ਥਾ ਉਸਕੇ ਸਾਰੇ ਪਰਿਵਾਰੋਂ ਕੇ ਸਦਸਿਓ ਕੇ ਸਾਥ ਹਮਨੇ ਬਾਤ ਕੀ ਹੈ, ਉਨਕੇ ਬਿਆਨ ਲੀਏ ਹੈ, ਉਨਕੇ ਬੇਟੇ, ਉਨਕੀ ਮਾਤਾ ਜੀ, ਉਨਕੀ ਪਤਨੀ, ਉਨਕੇ ਭਾਈ ਔਰ ਸਭੀ ਨੇ ਆਪਣੇ ਜੋ ਵੀ ਅਨੁਭਵ ਹੈ ਉਹ ਬਤਾਏ, ਕਿਸ ਪੱਧਤੀ ਸੇ ਘਟਨਾਏ ਹੋਈ ਉਹ ਬਤਾਇਆ। ਉਸਕੇ ਬਾਅਦ ਸਰਕਾਰੀ ਅਧਿਕਾਰੀਓ ਸੇ ਵੀ ਹਮ ਮਿਲੇ, ਹਮਾਰੇ ਪਾਰਟੀ ਕੇ ਕਾਰਜਕਰਤਾਓਂ ਨੇ ਵੀ ਇਸ ਵਿਸ਼ੇ ਮੇਂ ਜੋ ਉਨਕਾ ਆਕਲਨ ਥਾ ਵੋ ਹਮੇਂ ਦਿਆ, ਕੁਛ ਵੋਲੰਟਰੀ ਔਰਗਨਾਈਜੇਸ਼ਨਸ ਕੇ ਲੋਕ ਵੀ ਉਸਮੇਂ ਥੇ ਤੋ ਉਨਕਾ ਵੀ ਬਿਆਨ ਹਮਨੇ ਲਿਆ ਹੈ। ਤੋ ਅਭੀ ਹਮ ਇਸ ਪਰ ਪੂਰੇ ਇਸ ਪ੍ਰਕਰਣ ਕੀ ਜੋ ਵੀ ਹਮਾਰੀ ਆਕਲਨ ਕੀ ਜੋ ਵੀ ਸਥਿਤੀ ਹੈ ਉਸਕੇ ਆਧਾਰ ਪਰ ਇੱਕ ਰਿਪੋਰਟ ਲਿਖ ਕੇ ਪਾਰਟੀ ਆਲਾ ਕਮਾਨ ਕੋ ਸੌਂਪ ਦੇ। ਦੱਸਦੇ ਕਿ ਬੀਤੇ ਦਿਨੀ ਲਹਿਰਾ ਕਾਕਾ ਦੇ ਚੰਗਾਲੀ ਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਸੀ, ਜਿਸ ਦੇ ਚੱਲਦਿਆਂ ਹੀ ਹੁਣ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ 'ਚ ਹੋਈ ਲਾਪਰਵਾਹੀ ਬਾਰੇ ਪਤਾ ਲਗਾਉਣ 'ਚ ਜੁਟੀਆਂ ਹੋਈਆਂ ਨੇ। ਲਹਿਰਾ ਕਾਕਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ TV।